ਜੀ, ਅੱਜ ਅਸੀਂ ਆਏ ਹਾਂ ਗੋਲੂ ਚੀਮਾ। ਦੱਸਣ ਦੀ ਲੋੜ ਨਹੀਂ ਹੈਗੀ, ਜਦੋਂ ਚਿਹਰਾ ਸਾਹਮਣੇ ਆ ਜਾਂਦਾ ਤਾਂ ਪਤਾ ਲੱਗ ਜਾਂਦਾ। ਆਉਂਦੇ ਜਾਂਦੇ ਇੱਥੇ ਆਉਂਦੇ ਰਹਿੰਦੇ ਹਾਂ ਜਦੋਂ ਵੀ ਆਉਂਦੇ ਹਾਂ। ਅਤੇ ਅੱਜ ਇੱਕ ਖਾਸ ਗੱਲਬਾਤ ਆ ਜਿਹੜੀ ਸਰਦੀਆਂ ਦੀਆਂ ਦਵਾਈਆਂ ਵਾਸਤੇ। ਅਤੇ ਪਹਿਲਾਂ ਤਾਂ ਮੈਂ ਇਹੀ ਕਹਿੰਦਾ ਵੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਸੇ ਦੇ ਕੰਮ ਆ ਜੇ, ਕਿਉਂਕਿ ਇਹ ਮੈਨੂੰ ਲੱਗਦਾ ਜੀ 4 ਮਹੀਨੇ ਹੁੰਦੇ ਆ ਨਾ ਖਾਣ ਦੇ ਦਵਾਈਆਂ ਦੇ। ਬਸ ਫਿਰ ਗਰਮੀ ਅਤੇ ਜਿਹੜੀ ਖਾਧੀ ਜਾਂਦੀ ਹਾਂ, ਪਿਆਲੇ 'ਚ ਖਾਧੀ ਬਹੁਤ ਜਾਂਦੀ। ਕੰਮ ਦੀਆਂ ਗੱਲਾਂ ਬਾਤਾਂ ਅਤੇ ਦਵਾਈਆਂ ਬੂਟੀਆਂ ਦੱਸੋ ਜੀ ਕੋਈ ਦਵਾਈਆਂ ਬਾਰੇ। ਇਹ ਸਾਰੀਆਂ ਪਹਿਲਾਂ ਤਾਂ ਮੈਂ ਦੱਸਦਾ ਜੀ, ਇਹ ਹੈਗਾ ਹੈਗਾ ਬਿੱਟੂ ਦੁਗਾਲ ਦਾ ਵੱਡਾ ਭਰਾ ਹੈਗਾ, ਲਾਖਾ ਦੁਗਾਲ, ਕਬੱਡੀ ਪਲੇਅਰ ਆ, ਬਹੁਤ ਤਕੜਾ। ਇਹ ਦਵਾਈਆਂ ਲੈਣ ਆਏ ਸੀ, ਕੁਦਰਤੀ ਇਹਦਾ ਨਾ ਕੋਈ ਦੋਸਤ ਹੈਗਾ, ਉਦੋਂ ਦਵਾਈਆਂ ਮੰਗਾਈਆਂ ਸੀ, ਇਹ ਲੈਣ ਆਏ ਸੀ ਰਾਜੂ ਧੌਲਾ। ਰਾਜੂ ਧੌਲਾ, ਅਤੇ ਉਹ ਕੁਦਰਤੀ ਮੈਂ ਸਾਰੀਆਂ ਦਵਾਈਆਂ ਲਈ ਬੈਠਿਆ ਸੀ। ਉੱਧਰੋਂ ਅਮਰੀਕ ਹੋ ਰਹੀਆਂ ਆ ਗਏ, ਇਹ ਵੀ ਕਹਿੰਦੇ ਸਿਆਲ ਹੈ ਵੀ ਉਸਤਾਦ ਜੀ ਕੋਈ ਦਿਓ ਜੜੀਆਂ ਬੂਟੀਆਂ। ਅਤੇ ਉਹ ਮੈਂ ਉਹਦੇ ਬਾਰੇ ਦੱਸਣ ਲੱਗਿਆ ਵੀ ਪਹਿਲੀ ਗੱਲ ਤਾਂ ਵੀ ਜਿਹੜੀਆਂ ਜੜੀਆਂ ਬੂਟੀਆਂ ਜਾਂ ਭਸਮਾਂ ਨੇ ਉਹ ਸਿਆਲ ਦੇ ਵਿੱਚ ਹੀ ਖਾਧੀਆਂ ਜਾਂਦੀਆਂ ਨੇਗੀਆਂ, ਕਿਉਂਕਿ 3-4 ਮਹੀਨੇ ਹੁੰਦੇ ਖਾਣ ਵਾਲੇ, ਅਤੇ ਬਾਕੀ ਗਰਮੀਆਂ ਦੇ ਵਿੱਚ ਤਾਂ ਖਾਧੀਆਂ ਨਹੀਂ ਜਾਂਦੀਆਂ। ਹੁਣ ਇਹੀ ਕਹਿੰਦੇ ਵੀ ਜਿਹਨੇ ਖਾਣੀਆਂ ਨੇ ਖਾ ਸਕਦੇ ਨੇ, ਬਹੁਤ ਵਧੀਆ ਟਾਈਮ ਚੱਲਦਾ ਹੈਗਾ। ਜਿਵੇਂ ਹੁਣ ਦਸੰਬਰ, ਜਨਵਰੀ, ਫਰਵਰੀ 3 ਮਹੀਨੇ ਖਾ ਸਕਦੇ ਹੋ, ਮਾਰਚ 'ਚ ਵੀ ਨਹੀਂ ਖਾ ਸਕਦੇ। ਜਿਹੜੀ ਤੁਸੀਂ ਹੁਣ ਖਾਓਗੇ ਸਿਆਲ ਦੇ ਵਿੱਚ, ਜਿਵੇਂ ਦਸੰਬਰ, ਜਨਵਰੀ, ਫਰਵਰੀ, ਤਾਂ ਫਰਵਰੀ ਖਾ ਕੇ ਛੱਡ ਦੋਗੇ, ਮਾਰਚ ਅਪ੍ਰੈਲ ਤੱਕ ਸਾਰੀ ਇਹਨਾਂ ਦੀ ਗਰਮਾਇਸ਼ ਸਰੀਰ 'ਚੋਂ ਨਿਕਲ ਜੂਗੀ। ਜੇ ਤੁਸੀਂ ਅਪ੍ਰੈਲ ਤੱਕ ਖਾਈ ਜਾਓਗੇ, ਠੰਡ ਤਾਂ ਅਪ੍ਰੈਲ ਤੱਕ ਵੀ ਰਹਿੰਦੇ, ਮਾਰਚ ਤੱਕ ਫਿਰ ਗਾਹਾਂ ਗਰਮੀ ਜਾ ਕੇ ਇਹਨਾਂ ਦੀ ਗਰਮਾਇਸ਼ ਤੋਂ ਨਿਕਲੂ ਸਰੀਰ 'ਚੋਂ, ਫਿਰ ਤੰਗ ਕਰੂਗੀ। ਸੋ ਜਿਵੇਂ ਹੁਣ ਇਹ ਮੈਂ ਇਹਨਾਂ ਨੂੰ ਬਣਾ ਕੇ ਦਿੱਤਾ ਹੈਗਾ, ਇਹ ਜਿਵੇਂ ਸਪੋਰਟਸਮੈਨਾਂ ਖਾਤਰ ਬਹੁਤ ਪਾਵਰ ਵਾਲੀ ਚੀਜ਼ ਹੈਗੀ ਇਹ, ਅਤੇ ਇਹਦੇ ਜੜੀਆਂ ਬੂਟੀਆਂ ਪਾ ਕੇ ਸਰੀਰ ਨੂੰ ਉਵੇਂ ਵੀ ਕੋਈ ਸਿਆਣਾ ਬੰਦਾ, ਬਜ਼ੁਰਗ ਆ, ਉਹ ਵੀ ਲੈ ਸਕਦਾ। ਜਿਵੇਂ ਸਰੀਰ ਦੇ ਵਿੱਚ ਪਾਵਰ ਵੀ ਪਾਉਂਦਾ, ਗੋਡੇ ਮੋਢੇ ਦੁਖਦੇ ਨੇਗੇ, ਅਤੇ ਸਰੀਰ ਦੇ ਵਿੱਚ ਜਿਵੇਂ ਆਪਾਂ ਸਰੀਰ ਦੇ ਵਿੱਚ ਲੋੜ ਹੈ ਕੋਈ ਮਰਦਾਨਾ ਤਾਕਤ, ਜਿਵੇਂ ਆਪਾਂ ਕਹਿੰਦੇ ਉਹਦੇ ਖਾਤਰ ਵੀ ਹੈ, ਕੋਈ ਸਕਰਾਣੂਆਂ ਖਾਤਰ ਵੀ ਹੈਗੀ। ਸੋ ਇਹ ਦਵਾਈਆਂ ਸਿਆਲਾਂ ਦੇ ਵਿੱਚ ਇਹ ਖਾਧੀਆਂ ਨੇ, ਜਿਹੜੀਆਂ ਚੀਜ਼ਾਂ ਇਹ ਆਪਾਂ ਨੂੰ ਅੰਦਰੋਂ ਪੈਦਾ ਕਰਦੀਆਂ ਅਤੇ ਸਰੀਰ ਦੇ ਵਿੱਚ ਪਾਵਰ ਪਾਉਂਦੀਆਂ ਨੇਗੀਆਂ। ਅਤੇ ਉਹ ਇਹ ਹੁਣ ਜਿਵੇਂ ਆਹ ਤੇਲ ਲੈ ਆਏ ਸੀ, ਤੇਲ ਇਹ ਜਿਵੇਂ ਤੇਲ ਹੈਗਾ ਗਾ, ਵਾਲ ਉੱਡਦੇ ਨੇ ਜਾਂ ਬੰਦਿਆਂ ਦੇ ਵਾਲ ਉੱਡ ਗਏ, ਉਮਰ ਤੋਂ ਪਹਿਲਾਂ ਗੰਜਾ ਹੁੰਦਾ ਹੈਗਾ, ਉਹ ਲਾਓ, ਤੇਲ ਵਾਲ ਵੀ ਆ ਜਾਂਦੇ ਨੇ ਇਹਦੇ ਨਾਲ। ਅਤੇ ਇਹ ਜਿਵੇਂ ਬੀਬੀਆਂ ਖਾਤਰ ਲਕੋਰੀਏ ਦੀ ਹੈਗੀ ਦਵਾਈ, ਅਤੇ ਇਹ ਸੰਗਰਹਿਣੀ ਦੀ ਹੈਗੀ, ਸੰਗਰਹਿਣੀ ਦੇ 3-4 ਮਹੀਨੇ ਖਾਓਗੇ ਸੰਗਰਹਿਣੀ ਠੀਕ ਹੋ ਜੂ ਬਿਲਕੁਲ। ਅਤੇ ਇਹ ਇੱਕ ਲੈਣ ਆਈ ਦੀ ਦਵਾਈ ਹੈ ਮੈਗਰੇਨ ਦੀ ਹੈਗੀ, ਜਿਵੇਂ ਸਿਰ ਦੁਖਦਾ ਹੈਗਾ ਜਾਂ ਆਪਾਂ ਕਹਿੰਦੇ ਹਾਂ ਵੀ ਅੱਧਾ ਸਿਰ ਦੁਖਦਾ ਜਾਂ ਚਬਕੇ ਪੈਂਦੇ ਨੇ ਸਾਈਡਾਂ ਦੇ ਪੁੜਪੜੀਆਂ 'ਤੇ। ਸੋ ਇਹ ਦਵਾਈ ਇਹ ਵੀ ਬਣਾ ਕੇ ਇਹਨਾਂ ਨੂੰ ਪੁੜੀਆਂ ਦਿੱਤੀਆਂ ਨੇਗੀਆਂ। ਅਤੇ ਹੁਣ ਜਿਵੇਂ ਇਹ ਹੈਗੀ, ਇਹ ਆਪਣੇ ਆਪਣੇ ਵੀ ਕੋਈ ਦਰੱਖਤ ਪਾਇਆ ਜਾਂਦਾ, ਜ਼ਿਆਦਾ ਅਫਰੀਕਾ ਦੇ ਵਿੱਚ ਦਰੱਖਤ ਦੀ ਲੱਕੜ ਹੈ, ਸ਼ੂਗਰ ਖਾਤਰ ਹੈਗੀ। ਜੇ ਤੁਸੀਂ 1 ਚਮਚਾ ਰਾਤ ਨੂੰ ਭਿਓ ਕੇ ਇਹਨੂੰ ਉਹਦਾ ਪਾਣੀ ਸਵੇਰੇ ਖਾਲੀ ਪੇਟ ਪੀਓ, ਅਗਲੇ ਦਿਨ ਉਹੀ ਚਮਚਾ, ਫਿਰ 3 ਦਿਨ ਚੱਲਦਾ 1 ਚਮਚਾ। ਇਹ ਦਵਾਈ ਇਹਦੀ ਹੈਗੀ, ਇਹ ਹੁਣ ਜਿਵੇਂ ਜ਼ਿਆਦਾ ਨੌਜਵਾਨ ਮੁੰਡਿਆਂ ਦੇ ਵਿੱਚ ਗਰਮਾਇਸ਼ ਵੱਧ ਜਾਂਦੀ ਹੈ, ਕੋਈ ਧਾਤ ਸੁਗੰਧੋਸ ਵਗੈਰਾ, ਕਈਆਂ ਨੂੰ ਬੜੀ ਜ਼ਿਆਦਾ ਪ੍ਰੋਬਲਮ ਹੈਗੀ, ਇਹ ਉਹਦੇ ਖਾਤਰ ਦਵਾਈ ਬਣਾਈ ਹੋਈ ਹੈਗੀ। ਸੋ ਇਹ ਤੇ ਆਪਣਾ ਹੈਗਾ ਹੈਗਾ ਅਰਕ ਹੈਗਾ, ਇਹ ਠੰਡਾ ਹੈਗਾ, ਇਹ ਵੀ ਮਤਲਬ ਲੀਵਰ ਖਾਤਰ ਜਾਂ ਕੋਈ ਆਂਤੜਿਆਂ ਦੀ ਪ੍ਰੋਬਲਮ ਹੈਗੀ ਜਾਂ ਕੋਈ ਗੈਸ ਤੇਜ਼ਾਬ ਬਣਦਾ ਹੈਗਾ, ਸੋ ਉਹਦੇ ਖਾਤਰ ਇਹ ਦਵਾਈਆਂ ਨੇਗੀਆਂ, ਅਤੇ ਕੁਛ ਇਹ ਦਵਾਈਆਂ ਲੈ ਕੇ ਜਾਣਗੇ। ਸੋ ਇਹੀ ਦੱਸਣ ਦਾ ਕਾਰਨ ਇਹੀ ਹੈ ਵੀ ਜਿਵੇਂ ਹੁਣ ਸਿਆਲ ਚੱਲਦਾ, ਸਿਆਲ ਦੇ ਵਿੱਚ ਜਿਹਨੇ ਖਾਣਾ, ਜਿਵੇਂ ਹੁਣ ਕਈਆਂ ਨੂੰ ਮੈਂ ਇੱਕ ਦਿਨ ਕੀੜਾ ਜੜੀ ਦੀ ਪਾਈ ਸੀ ਬੂਟੀ, ਉਹਨਾਂ ਨੇ ਖਾਣੀ ਹੈਗੀ, ਤਾਂ ਉਹ ਸੰਪਰਕ ਸਾਡੇ ਨਾਲ ਕਰ ਸਕਦੇ ਨੇਗੇ, ਅਤੇ ਉਹ ਵੀ ਸਿਆਲ ਦੇ ਵਿੱਚ ਹੀ ਖਾਧੀ ਜਾਊਗੀ, ਕਿਉਂਕਿ 3-9 ਮਹੀਨੇ ਖਾਧੀਆਂ ਜਾਂਦੀਆਂ ਨੇ ਜੜੀਆਂ ਬੂਟੀਆਂ। ਫਿਰ ਮੈਨੂੰ ਪੁੱਛਦੇ ਰਹਿੰਦੇ ਨੇਗੇ ਵੀ ਕੋਈ ਪਾਵਰ ਵਾਲੀ ਦੱਸੋ ਭਲਵਾਨ ਜੀ, ਕੋਈ ਪਾਵਰ ਵਧਾਉਣ ਵਾਲੀ ਸਰੀਰ ਦੇ ਵਿੱਚ, ਪਰ ਗਰਮੀ ਦੇ ਵਿੱਚ ਨਹੀਂ ਪਾਵਰ ਵਾਲੀਆਂ ਖਾਧੀਆਂ, ਅਤੇ ਪਾਵਰ ਵਾਲੀ ਇਹ ਹੁਣੀ ਖਾਧੀਆਂ ਜਾਂਦੀਆਂ ਨੇਗੀਆਂ। ਜਿਵੇਂ ਹੁਣ ਇਹ ਲਾ ਲਓ ਜੀ ਦਸੰਬਰ, ਜਨਵਰੀ, ਫਰਵਰੀ 3 ਮਹੀਨੇ ਖਾਓ ਤੁਸੀਂ ਰੱਜ ਕੇ, ਤਾਂ ਪੂਰਾ ਸਾਲ ਤੁਹਾਡੇ ਸਰੀਰ ਦੇ ਵਿੱਚ ਪੂਰੀ ਪਾਵਰ ਰਹੂਗੀ। ਇਹ ਨਹੀਂ ਹੈਗਾ ਵੀ ਫਿਰ 1 ਸਾਲ ਵੱਧ, ਜਿਵੇਂ ਆਪਾਂ ਗੱਡੀ ਨੂੰ ਸਰਵਿਸ ਕਰਾਉਂਦੇ ਹਾਂਗੇ, ਅਤੇ ਫਿਰ ਜਦੋਂ ਸਿਆਲ ਆਇਆ ਸਿਆਲ 'ਚ ਫਿਰ ਖਾ ਲਓ, ਤੁਹਾਡਾ ਪੂ ਬਿਲਕੁਲ ਤੁਸੀਂ ਰਿਸ਼ਟ ਪੁਸ਼ਟ ਰਹੋਗੇ। ਸੋ ਸਰੀਰ ਦੇ ਵਿੱਚ ਪਾਵਰ ਪਾਉਣ ਵਾਲੀਆਂ ਇਹ ਜੜੀਆਂ ਬੂਟੀਆਂ ਨੇਗੀਆਂ। ਸੋ ਇਹੀ ਦੱਸਣਾ ਸੀਗਾ ਅੱਜ ਦੀ ਵੀਡੀਓ ਦੇ ਵਿੱਚ। ਅਤੇ ਵੈਸੇ ਵੀ ਭਲਵਾਨ ਜੀ ਕੋਲ ਆਉਂਦੇ ਜਾਂਦੇ ਰਹਿੰਦੇ ਸੀਗੇ, ਅਤੇ ਚੱਕਰ ਆ ਜਿਹੜਾ ਵੀ ਕੋਈ ਆਉਂਦਾ ਜਾਂਦਾ ਇੱਧਰ ਦੀ ਹੈਗਾ, ਤਾਂ ਇੱਕ ਵਾਰ ਚੱਕਰ ਲਾ ਲਿਆ ਕਰੋ, ਕੋਈ ਨਾ ਕੋਈ ਤਾਂ ਇਹੋ ਜਿਹਾ ਚੀਜ਼ ਦੇਣਗੇ, ਕਦੇ ਲੀਵਰ ਵਾਲੀ ਦਵਾਈ ਹੋਗੀ, ਕਦੇ ਕੁਛ ਹੋਗੀ, ਐਂ ਨਹੀਂ ਹੈਗਾ ਵੀ ਹਾਂ ਸਰੀਰ ਅੱਜ ਇਹਨਾਂ ਨੂੰ ਦੇਣੀ ਹੈਗੀ, ਅੱਜ ਇਹਨਾਂ ਨੂੰ ਦੇਣੀ ਆ ਗੋਡੇ ਮੋਢੇ ਵਾਲੀ, ਇਹਨੂੰ ਪੂਰਾ ਰੱਖਣਾ ਕਾਇਮ। ਅਤੇ ਹਾਂ ਕੁਸ਼ਤੀ ਵੀ ਕੋਲ ਸੀ ਮੇਰੇ ਨਾਲ, ਇਹ ਉਹ ਹੀ ਆ ਗੁਰੂ ਜੀ ਮਾਜੀ ਰਹੇ ਆ, ਤੇ ਅੱਜ ਵੀ ਜ਼ੋਰ ਜਾ ਕਰਨਾ ਜੀ ਕੇ। ਠੀਕ ਆ ਜੀ, ਵੱਧ ਵੱਧ ਕਰੋ ਸ਼ੇਅਰ, ਸਾਰਿਆਂ ਦਾ ਧੰਨਵਾਦ। ਵਧੀਆ ਚੀਜ਼ਾਂ ਖਾਓ, ਸ਼ੁੱਧ ਚੀਜ਼ਾਂ। ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ,
ਜ਼ਿਆਦਾ ਤੁਸੀਂ ਯੂਟਿਊਬ ਤੋਂ ਜਾਂ ਆਮ ਪੜ੍ਹ ਕੇ ਜੜੀਆਂ ਬੂਟੀਆਂ ਲੈ ਕੇ ਕੋ, ਇਹਦੇ ਵਿੱਚ ਬੜੀ ਨਕਲ ਆਉਂਦੀ ਹੈ ਅਤੇ ਉਹ ਅੰਦਰ ਪਿਆ। ਮੈਂ ਸਮਾਨ ਤੁਹਾਨੂੰ ਮੈਂ ਵੈਸੇ ਦੱਸ ਦਿੰਦਾ, ਨਹੀਂ ਦਿਖਾ ਵੀ ਹੁੰਦਾ, ਜਿਵੇਂ ਹੁਣ ਕੇਸਰ ਹੈ, ਕੇਸਰ ਐਂ ਲਾ ਲਓ ਵੀ 20 ਰੁਪਈਆਂ ਦਾ ਵੀ ਕੇਸਰਾ ਜੂ ਤੋਲਾ, ਵੈਸੇ 350-350 ਦਾ ਵੀ ਆਉਂਦਾ ਹੈਗਾ। ਜਿਹੜੀ ਸੋਨਾ ਭਸਮ ਹੈਗੀ ਤੁਹਾਨੂੰ ਉਹ 250 ਰੁਪਏ ਤੋਲਾ ਵੀ ਮਿਲਜੂ, ਉਹ ਸੋਨੇ ਦਾ ਦੇ ਲਓ ਰੇਟ ਕੀ ਹੈਗਾ। ਇਸੇ ਤਰ੍ਹਾਂ ਜੜੀਆਂ ਬੂਟੀਆਂ ਸਾਲਮ ਪੰਜਾ ਸਾਲ ਮਿਸਰੀ ਜਿੰਨੀਆਂ ਵੀ ਨੇਗੀਆਂ ਤੁਸੀਂ ਜਾ ਕੇ ਦੁਕਾਨ ਤੋਂ ਲਿਆਉਂਦੇ ਹੋ, ਇਹ ਜਿਹੜੇ 2500 ਰੁਪਏ ਕਿਲੋ ਵਾਲੀਆਂ 250 ਰੁਪਏ ਕਿਲੋ ਨਹੀਂ ਮਿਲਦੀਆਂ। ਸੋ ਵਧੀਆ ਚੀਜ਼ਾਂ ਲੱਭੋ ਅਤੇ ਵਧੀਆ ਖਾਓ, ਤੰਦਰੁਸਤ ਰਹੋ, ਚੜ੍ਹਦੀ ਕਲਾ 'ਚ ਰਹੋ। ਓਕੇ, ਸੋ ਸਾਰਿਆਂ ਦਾ ਧੰਨਵਾਦ, ਸਤਿ ਸ਼੍ਰੀ ਅਕਾਲ ਜੀ ਸਾਰਿਆਂ।